ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀਜਾ ਜੀ। ਜਿਉਂਦਾ ਰਹਿ ਕੁੱਕੂ। ਸੁੱਖ ਤਾਂ ਹੈ, ਬਿਨਾਂ ਇਤਲਾਹ ਦੇ ਹੀ। ਕਿੰਨੀ ਵਾਰੀ ਦੱਸਣਾ ਪਊ ਕਿ ਜੀਜਾ ਫੁੱਫੜ ਤੇ ਭੂਆ ਕਿਸੇ ਵੇਲੇ ਵੀ ਖੜਕਾ ਸਕਦੇ ਆ ਬੂਆ। ਹੁਣ ਤੂੰ ਕਿੱਥੇ ਚੱਲੀ? ਹੁਣ ਮੈਂ ਅੰਦਰ ਜਾ ਕੇ ਬੂਹਾ ਲਗਾਉਂਗੀ, ਤਾਂ ਹੀ ਤਾਂ ਜੀਜਾ ਜੀ ਬੂਹਾ ਖੜਕਾਣਗੇ। ਹਾਏ ਚੱਲੀ, ਬੈਠ ਇੱਥੇ, ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨਾ ਹੈ। ਅੱਛਾ ਜੀ। ਕੀ ਗੱਲ, ਤੂੰ ਨਹੀਂ ਬੈਠਾ? ਇਹ ਸਮਝ ਲਓ ਵੀਰ ਜੀ, ਚਮਤਕਾਰੀ ਹੋ ਗਿਆ। ਪਿਛਲੇ ਕਈ ਦਿਨਾਂ ਤੋਂ ਇਹਨਾਂ ਤੋਂ ਬਹੁਤਾ ਚਿਰ ਬੈਠਿਆ ਨਹੀਂ ਜਾਂਦਾ। ਓਏ, ਕਿਤੇ ਨਾ ਦੱਸਣ ਵਾਲੀ ਨਾ ਮੁਰਾਦ ਬਿਮਾਰੀ ਤਾਂ ਨਹੀਂ ਲਵਾ ਲਈ? ਓਏ ਨਹੀਂ ਨਹੀਂ ਜੀਜਾ ਜੀ, ਮੈਨੂੰ ਬਵਾਸੀਰ ਨਹੀਂ ਹੈ। ਆ ਦੇਖੋ, ਐਂਡ ਵੀ ਟਵਿਸਟ 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 ਟਵਿਸਟ। ਹੋਇਆ ਕੁਝ? ਫਿਰ ਬਹਿੰਦਾ ਕਿਉਂ ਨਹੀਂ ਸੀ? ਉਹ ਤਾਂ ਮੈਂ ਆਪਣੇ ਮਨ ਨੂੰ ਸਮਝਾ ਲਿਆ ਕਿ ਬਾਕੀ ਦੀ ਸੈਕਿੰਡ ਹਾਫ ਜ਼ਿੰਦਗੀ ਸੁਸਤ ਨਹੀਂ ਰਹਿਣਾ, ਐਕਟਿਵ ਰਹਿਣਾ। ਜੇ ਇਹੀ ਐਕਟੀਵਿਟੀ ਜ਼ਿੰਦਗੀ ਦੇ ਫਸਟ ਹਾਫ ਵਿੱਚ ਅਪਲਾਈ ਕੀਤੀ ਹੁੰਦੀ ਤਾਂ ਹੁਣ ਨੂੰ ਘਰ ਚ ਚਹਿਲ ਪਹਿਲ ਨਾ ਹੁੰਦੀ। ਮੈਂ ਚਾਹ ਲੈ ਕੇ ਆਈ। ਜਸਮੀਤ, ਬੈਠ ਇੱਥੇ, ਐਵੇਂ ਸ਼ਰਮਾਈ ਦਾ ਨਹੀਂ ਹੁੰਦਾ। ਮੈਂ ਬਹੁਤ ਹੀ ਮਾਡਰਨ ਤੇ ਖੁੱਲੇ ਵਿਚਾਰਾਂ ਵਾਲਾ ਇਨਸਾਨ। ਸੋ ਸਾਲੇ ਹਾਰ ਜੀ, ਜ਼ਿੰਦਗੀ ਚ ਕਦੇ ਹਾਰ ਨਹੀਂ ਮੰਨੀਦੀ। ਜਦੋਂ ਜਾਗੋ ਉਦੋਂ ਹੀ ਸਵੇਰਾ। ਜੀਜਾ ਜੀ, ਤੁਸੀਂ ਕਹਿ ਰਹੇ ਸੀ ਕੋਈ ਜ਼ਰੂਰੀ ਗੱਲ ਕਰਨੀ ਆ? ਇਸ ਤੋਂ ਜ਼ਰੂਰੀ ਗੱਲ ਕੋਈ ਹੋਰ ਹੋ ਹੀ ਨਹੀਂ ਸਕਦੀ ਜਿਹੜੀ ਮੈਂ ਇਸ ਵੇਲੇ ਕਰ ਰਿਹਾ। ਖੈਰ, ਜੇ ਤੂੰ ਗੈਰ ਜ਼ਰੂਰੀ ਗੱਲ ਯਾਦ ਕਰਾ ਹੀ ਦਿੱਤੀ ਤਾਂ ਇਹ ਹੈ ਕਿ ਮੈਂ ਤੁਹਾਡੇ ਦੋਹਾਂ ਦਾ ਧੰਨਵਾਦ ਕਰਨਾ ਹੈ। ਧੰਨਵਾਦ ਜੀ, ਧੰਨਵਾਦ। ਜੀਜਾ ਜੀ, ਤੁਸੀਂ ਵੱਡੇ ਹੋ, ਪਲੀਜ਼ ਹੱਥ ਨਾ ਜੋੜੋ। ਚਲੋ, ਹੱਥ ਤੁਸੀਂ ਜੋੜ ਲਓ, ਮੈਂ ਇਕੱਲਾ ਧੰਨਵਾਦ ਕਰ ਦਿੰਦਾ। ਧੰਨਵਾਦ। ਪਰ ਧੰਨਵਾਦ ਕਿਸ ਗੱਲ ਦਾ? ਸਿਆਣੇ ਕਹਿੰਦੇ ਨੇ ਸਿਆਣਿਆਂ ਨੂੰ ਮਾਰੋ ਗੋਲੀ, ਤੁਸੀਂ ਦੱਸੋ ਕੀ ਕਹਿਣਾ? ਮੈਂ ਤੁਹਾਨੂੰ ਕਮਲਾ ਲੱਗਦਾ? ਮੈਂ ਇਹ ਕਹਿ ਰਿਹਾ ਸੀ ਕਿ ਰਾਜਵੀਰ ਦੀ ਮਾਂ ਦੇ ਜਾਣ ਤੋਂ ਬਾਅਦ ਇੱਕ ਵਾਰ ਤਾਂ ਮੇਰੀ ਜ਼ਿੰਦਗੀ ਉਜੜ ਗਈ ਸੀ। ਮੈਨੂੰ ਇੰਜ ਲੱਗਦਾ ਸੀ ਜਿਵੇਂ ਮੇਰੀਆਂ ਅੱਖਾਂ ਮੂਹਰੇ ਹਨੇਰਾ ਆ ਗਿਆ। ਹਨੇਰਾ ਕਿਉਂ? ਇਹਦੀ ਭੈਣ ਜਾਣ ਲੱਗੀ ਬਲਬ ਲਾ ਕੇ ਲੈ ਗਈ ਸੀ। ਹੋਰ ਹੀ ਪਾਸੇ ਗੱਲ ਨੂੰ ਲੈ ਵੜਦੇ ਹੋ। ਮੈਂ ਕਹਿ ਰਿਹਾ ਸੀ ਕਿ ਰਾਜਵੀਰ ਦੀ ਮਾਂ ਦੇ ਜਾਣ ਤੋਂ ਬਾਅਦ ਰਾਜਵੀਰ ਨੂੰ ਤੁਸੀਂ ਇੱਥੇ ਆਪਣੇ ਕੋਲ ਲਿਆ ਕੇ ਉਹਦੀ ਮਾਂ ਦੀ ਕਮੀ ਦੂਰ ਕੀਤੀ, ਜਿਹਦਾ ਦੇਣਾ ਮੈਂ ਅਜੇ ਤੱਕ ਨਹੀਂ ਦੇ ਸਕਦਾ। ਵੀਰ ਜੀ, ਤੁਸੀਂ ਕੀ ਕਹਿ ਰਹੇ ਹੋ? ਕੀ ਗੱਲ, ਮੈਂ ਕੁਛ ਅੰਗਰੇਜ਼ੀ ਚ ਬੋਲਿਆ ਜਿਹੜਾ ਸਮਝ ਨਹੀਂ ਆਇਆ? ਪਲੀਜ਼ ਮੇਰਾ ਵਿੱਚ ਫੀਲ ਨਾ ਤੋੜੋ, ਲੈਟ ਮੀ ਕੰਪਲੀਟ। ਕੈਰੀ ਓਨ ਜੀਜਾ ਜੀ। ਥੈਂਕ ਯੂ ਕੁਕੂ, ਪਰ ਇਸ ਨਾ ਸ਼ੁਕਰੇ ਨੇ ਕਈ ਵਾਰੀ ਤੁਹਾਨੂੰ ਗੁੱਸੇ ਚ ਬਹੁਤ ਹੀ ਅਪਸ਼ਬਦ ਬੋਲੇ। ਉਸ ਲਈ ਦਾਸ ਖੇਮਾ ਦਾ ਜਾ ਚੁੱਕਾ। ਜੀਜਾ ਜੀ, ਤੁਸੀਂ ਵੱਡੇ ਹੋ, ਪਲੀਜ਼ ਹੱਥ ਨਾ ਜੋੜੋ। ਚਲੋ, ਹੱਥ ਤੁਸੀਂ ਜੋੜ ਲਓ, ਦਾਸ ਕੱਲਾ ਖੇਮਾ ਦਾ ਜਾ ਚੁੱਕਾ। ਜਾ ਚੁੱਕਾ। ਇਹ ਦਾਸ ਕੌਣ ਹੈ ਭਲਾ? ਇਹਦਾ ਭਣੋਈਆ। ਤੁਸੀਂ ਪਲੀਜ਼ ਗੁੱਸਾ ਨਾ ਕਰਿਓ, ਪਰ ਮੈਂ ਕਦੇ ਤੁਹਾਨੂੰ ਆਪਣਾ ਭਣੋਈਆ ਸਮਝਿਆ ਹੀ ਨਹੀਂ। ਦੁੱਖ ਤਾਂ ਇਸੇ ਗੱਲ ਦਾ ਕਿ ਮੈਨੂੰ ਕਦੇ ਆਪਣਾ ਭਣੋਈਆ ਸਮਝਿਆ ਹੀ ਨਹੀਂ ਤਾਂ। ਜਦੋਂ ਸਮਝਿਆ ਮਾਮੇ ਦਾ ਗਬਲਾ ਪੁੱਤੀ ਸਮਝਿਆ। ਪੂਰੀ ਗੱਲ ਤਾਂ ਸੁਣ ਲਿਆ ਕਰੋ, ਮੈਂ ਤਾਂ ਇਹ ਕਹਿ ਰਿਹਾ ਸੀ ਕਿ ਮੈਂ ਹਮੇਸ਼ਾ ਤੁਹਾਨੂੰ ਪਿਓ ਦਾ ਦਰਜਾ ਦਿੱਤਾ। ਸ਼ੁਕਰ ਆ ਤੇਰੀ ਭੈਣ ਉੱਪਰ ਚਲੀ ਗਈ। ਜਿਸ ਹਿਸਾਬ ਨਾਲ ਤੂੰ ਅੱਜ ਨਵੀਂ ਰਿਸ਼ਤੇਦਾਰੀ ਕੱਢੀ ਆ ਨਾ, ਤੂੰ ਉਹਦਾ ਕੰਨਿਆਦਾਨ ਵੀ ਮੇਰੇ ਹੱਥੋਂ ਕਰਾ ਦੇਣਾ ਸੀ। ਓਏ ਸਾਲਾ ਭਣੋਈਆ, ਹਾਣ ਪ੍ਰਵਾਣੀ ਹੁੰਦੇ ਆ, ਦੋ ਚਾਰ ਸਾਲਾਂ ਦਾ ਫਰਕ ਹੁੰਦਾ। ਕੁੱਕੂ, ਰੱਬ ਦਾ ਵਾਸਤਾ ਤੂੰ ਰਹਿ ਨਹੀਂ ਦਿਆ ਕਰ ਇੱਦਾਂ ਦੀ ਇੱਜ਼ਤ ਦੇਣ ਨੂੰ। ਜੇ ਤੁਹਾਡੇ ਸਾਲੇ ਭਣੋਈਏ ਦੀ ਮਿਲਣੀ ਪੂਰੀ ਹੋ ਗਈ ਹੋਵੇ ਤੇ ਮੈਂ ਚਾਹ ਧਰ ਲਾਂ। ਹਾਂ ਭਾਈ, ਧਰ ਲਾ ਚਾਹ, ਨਾਲੇ ਉਦੋਂ ਤੱਕ ਮੈਂ ਇਹਦੇ ਨਾਲ ਹੋਰ ਗੈਰ ਜ਼ਰੂਰੀ ਗੱਲ ਕਰ ਲਾਂ। ਕੁੱਕੂ, ਮਾੜਾ ਜਿਹਾ ਨੇੜੇ ਨੂੰ ਹੋ। ਹੁਕਮ ਕਰੋ।
ਹੁਕਮ ਨੀ, ਇੱਕ ਫਰਿਆਦ। ਜੀਜਾ ਜੀ ਤੁਸੀਂ ਵੱਡੇ ਹੋ, ਪਲੀਜ਼ ਹੱਥ ਨਾ ਜੋੜੋ। ਚੱਲ ਹੱਥ ਤੂੰ ਜੋੜ ਲੈ, ਮੈਂ ਕੱਲੀ ਫਰਿਆਦ ਕਰ ਲੂੰ। ਕਰੋ। ਦੇਖ ਵੀ ਕੁੱਕੂ, ਬੜਾ ਮੂੰਹ ਛੋਟੀ ਬਾਤ। ਦੇਖ ਤੂੰ ਤੇ ਜਸਮੀਤ ਆਪਣੇ ਘਰ ਰਾਜ਼ੀ, ਇੱਧਰ ਭੋਲਾ ਵੀ ਮਾਰ ਗਿਆ ਰੱਜੋ ਨਵਾਜ਼ੀ, ਉਧਰ ਰਾਜਵੀਰ ਤੇ ਬਿੱਟੂ ਦੀ ਵੀ ਰੋਟੀ ਪੱਕਦੀ ਹੈ ਤਾਜ਼ੀ। ਫਿਰ ਕੀ, ਕੋਈ ਮੇਰੇ ਲਈ ਵੀ ਬਿਠਾਓ ਕਾਜ਼ੀ। ਜੀਜਾ ਜੀ ਤੁਸੀਂ ਸ਼ੁਕਰ ਕਰੋ ਕਿ ਤੁਹਾਡੀ ਕਬੀਲਦਾਰੀ ਨਜਿੱਠੀ ਗਈ। ਨਾਲੇ ਤੁਸੀਂ ਆਪ ਤਾਂ ਕਹਿੰਦੇ ਸੀ ਕਿ ਹੁਣ ਮੇਰੀ ਫੈਮਿਲੀ ਕੰਪਲੀਟ ਆ। ਕਾਹਦੀ ਕੰਪਲੀਟ, ਜਦੋਂ ਵਿੱਚੋਂ ਸੁਮੀਪ ਕੌਰ ਹੀ ਡਿਲੀਟ। ਓਏ ਅਜੇ ਤਾਂ ਪਰਿਵਾਰ ਅਧੂਰਾ। ਇਹ ਤਾਂ ਜਦੋਂ ਕੋਈ ਸੋਹਣੀ ਸੁਨੱਖੀ ਨਾ ਰੱਖ ਕੇ ਸਮੀਪ ਕੌਰ ਦੀ ਖਾਲੀ ਥਾਂ ਭਰੂ, ਉਦੋਂ ਬਹੁ ਪਰਿਵਾਰ ਪੂਰਾ। ਕੀ ਬਣੂ ਪੂਨੀਆ,